ਹਾਂਜੀ ਦੋਸਤੋ, ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਤੁਹਾਡੇ ਲਈ ਕਾਫ਼ੀ ਸਾਰੀ ਨਿਊਜ਼ ਨੇ ਅਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ। ਪਹਿਲਾਂ ਆਪਾਂ ਗੱਲ ਕਰਾਂਗੇ ਸੁਤੇਜਾ ਪੰਨੂ ਦੇ ਬਾਰੇ, ਜਿੱਦਾਂ ਕਿ ਤੁਸੀਂ ਇਸ ਮੁੰਡੇ ਨੂੰ ਤਾਂ ਜਾਣਦੇ ਹੋ ਕਿ ਜੋ ਕਿ ਬਜ਼ੁਰਗਾਂ ਦੀਆਂ ਪਿਆਰੀਆਂ ਪਿਆਰੀਆਂ ਫੋਟੋ ਕਲਿਕਸ ਕਰਦਾ, ਉਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਵਗੈਰਾ ਵੀ ਕਰਦਾ। ਇਸ ਮੁੰਡੇ ਨੇ ਰੀਸੈਂਟਲੀ ਦਿਲਜੀਤ ਨਾਲ ਵੀ ਇੱਕ ਵੀਡੀਓ ਪਾਈ ਅਤੇ ਦਿਲਜੀਤ ਭਾਅ ਜੀ ਦੀਆਂ ਵੀ ਫੋਟੋ ਵਗੈਰਾ ਕਲਿੱਕ ਕੀਤੀਆਂ। ਆਵੇ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਦਿਖਾਉਂਦੇ ਹਾਂ। ਦਿਲਜੀਤ ਭਾਅ ਜੀ, ਭਾਅ ਜੀ ਸਤਿ ਸ਼੍ਰੀ ਅਕਾਲ। ਭਾਅ ਜੀ ਭਾਅ ਜੀ, ਮੈਂ ਤੁਹਾਨੂੰ ਜਾਣਦਾ, ਤੁਸੀਂ ਬਜ਼ੁਰਗਾਂ ਦੀਆਂ ਪਿਆਰੀਆਂ ਪਿਆਰੀਆਂ ਫੋਟੋ ਲੈਂਦੇ ਹੁੰਦੇ ਨਾ? ਹਾਂਜੀ ਹਾਂ, ਪਰ ਮੈਂ ਤਾਂ ਬਜ਼ੁਰਗ ਨਹੀਂ ਭਾਅ ਜੀ, ਸੋਰੀ। ਪਰ ਭਾਅ ਜੀ ਤੁਸੀਂ ਓਲਡ ਸੋਲ ਤਾਂ ਹੈਗੇ ਹੋ ਨਾ? ਓਲਡ ਸੋਲ ਆ ਭਾਅ ਜੀ, ਪਰ ਮੈਂ ਭਾਅ ਜੀ, ਪਰ ਤੁਹਾਡੀ ਬਹੁਤ ਡੁੰਗਾਈ ਆ ਭਾਅ ਜੀ। ਹਾਂ ਮੈਨੂੰ ਪਤਾ, ਬਹੁਤ ਜ਼ਿਆਦਾ ਡੁੰਗਾਈ ਆ, ਪਰ ਭਾਅ ਜੀ ਮੈਨੂੰ ਹੋਰ ਥੋੜ੍ਹੇ ਹਾਲੇ ਮੈਚੋਰ ਹੋ ਲੈਣ ਦਾ ਭਾਅ ਜੀ, ਤੁਸੀਂ 40 ਸਾਲ ਬਾਅਦ ਆਏ ਭਾਅ ਜੀ, ਮੇਰੇ ਨਾਲ ਉਹ ਵੀ ਹੈ, ਬੀਬੀ ਵੀ ਹੈ ਨਹੀਂ ਕੋਈ ਨਾ, ਤੁਸੀਂ ਜੋੜਿਆਂ ਦੀ ਫੋਟੋ ਖਿੱਚਦੇ ਨਾ? ਜੋੜਿਆਂ ਵੀ ਖਿੱਚਦਾ ਭਾਅ ਜੀ, ਪਰ ਤੁਸੀਂ ਆਪ ਜੁੜੇ ਹੋਏ ਆ। ਇਹ ਤੁਸੀਂ ਵੱਡੀ ਗੱਲ ਕਰਦੇ, ਚਲੋ ਲੈ ਲਓ ਲੈ ਲਓ। ਨਾਲੇ ਇਸ ਮੁੰਡੇ ਦਾ ਤੁਹਾਨੂੰ ਕੰਮ ਕਿੱਦਾਂ ਦਾ ਲੱਗਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਨਾਲੇ ਵੀਡੀਓ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਨਾਲੇ ਅਗਲੀ ਨਿਊਜ਼ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਵਾਇਰਲ ਨਿਊਜ਼ ਦੇ ਬਾਰੇ, ਜਿਹਦੇ ਵਿੱਚ ਦੋਸਤੋ ਇੱਕ ਪੁਰਸ਼ੇ ਵਾਲਾ ਮੁੰਡਾ ਜੋ ਕਿ ਇੱਕ ਪੁਰਸ਼ ਕਾਰ ਨਾਲ ਕਪਲ ਦਾ ਐਕਸੀਡੈਂਟ ਕਰ ਦਿੰਦਾ, ਅਤੇ ਉਸਦੇ ਨੂੰ ਦੋਸਤੋ ਫੜ ਵੀ ਲਿਆ ਸੀ, ਪਰ ਉਸਦੀ ਉਮਰ 17 ਸਾਲ ਹੋਣ ਦੇ ਕਾਰਨ ਉਸਨੂੰ ਛੱਡ ਦਿੱਤਾ। ਪਰ ਦੋਸਤੋ ਇਸ ਦੇ ਉੱਤੇ ਜਿਹੜੀ ਅੱਜ ਦੀ ਆਮ ਹੈ ਉਹ ਇਸ ਦੇ ਉੱਤੇ ਪੜਕ ਪਈ, ਕਿਉਂਕਿ ਦੋਸਤੋ ਉਹ ਦੋਵਾਂ ਕਪਲ ਨੂੰ ਰੀਸੈਂਟਲੀ ਉਹਨਾਂ ਦੀ ਡੈਥ ਹੋ ਚੁੱਕੀ ਸੀ। ਇਸ ਕਰਕੇ ਦੋਸਤੋ ਇੱਕ ਵਾਰੀ ਫਿਰ ਤੋਂ ਉਸ ਮੁੰਡੇ ਦੇ ਉੱਤੇ ਪਰਚਾ ਹੋ ਚੁੱਕਿਆ, ਉਸਦੀ ਕਾਰ ਨੂੰ ਵੀ ਤੋੜ ਦਿੱਤਾ ਗਿਆ ਜੋ ਕਿ ਪੋਰਸ਼ੇ ਸੀ, ਉਹ ਵੀ ਨਵੀਂ। ਨਾਲੇ ਅਗਲੀ ਨਿਊਜ਼ ਦੇ ਵਿੱਚ ਗੱਲ ਕਰਾਂਗੇ ਕੈਰੀ ਮਿਨਾਟੀ ਦੇ ਬਾਰੇ, ਜਿਹਦੇ ਕਿ ਤੁਸੀਂ ਸਾਰੇ ਕੈਰੀ ਮਿਨਾਟੀ ਨੂੰ ਉੱਤੇ ਜਾਣਦੇ ਹੋਗੇ, ਜਿਹਦੇ ਕਿ 40 ਮਿਲੀਅਨ ਸਬਸਕ੍ਰਾਈਬਰ ਨੇ ਅਤੇ 21 ਮਿਲੀਅਨ ਫੋਲੋਵਰ, ਉਹ ਵੀ ਇੰਸਟਾਗ੍ਰਾਮ ਦੇ ਉੱਤੇ। ਤੋ ਐਡਾ ਵੱਡਾ ਯੂਟਿਊਬਰ ਹੋਣ ਕਰਕੇ ਵੀ ਉਸਨੇ ਰਜਤ ਦਲਾਲ ਦੀ ਤੋਂ ਸੋਰੀ ਮੰਗ ਲਈ, ਪਤਾ ਨਹੀਂ ਦੋਸਤੋ ਇਸ ਦੇ ਉੱਤੇ ਕੀ ਕਾਰਨ ਹੋ ਸਕਦਾ ਹੈ। ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ, ਵੀਡੀਓ ਵਧੀਆ ਲੱਗੇ ਲਾਈਕ ਔਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਅਗਲੀ ਵੀਡੀਓ ਦੇ ਨਾਲ।